ਡੈਡੀ ਤੁਸੀਂ ਐ ਪਏ ਹੋ ਆ ਗਈ ਪੁੱਤ ਹਾਂ ਨੂਰ ਨੂਰ ਕਿੱਧਰ ਹੈ ਨੂਰ ਨੂੰ ਪੁੱਤ ਥੋੜਾ ਦੁੱਧ ਪਿਆ ਸੀਗਾ ਉਹਦੇ ਵਿੱਚ ਮੈਂ ਪਾਣੀ ਪਾ ਪਾ ਕੇ ਉਹਨੂੰ ਪਿਆਇਆ ਇੰਨੇ 'ਚ ਉਹ ਰੱਜ ਗਈ ਹੁਣ ਸੌ ਗਈ ਅੰਦਰ ਪਈ ਆ ਪੁੱਤ ਅਤੇ ਕੰਮ ਨੂੰ ਗਈ ਸੀ ਪੁੱਤ ਹਾਂਜੀ ਡੈਡੀ ਬਣਿਆ ਕੁਛ ਮੈਂ ਚਾਰ ਪੰਜ ਜਗ੍ਹਾ ਪਤਾ ਕੀਤਾ ਹਲੇ ਗੱਲ ਤਾਂ ਬਣੀ ਨਹੀਂ ਪਰ ਮੈਨੂੰ ਉਹ ਦੀਦੀ ਨੇ ਜਿੱਥੇ ਮੈਂ ਗਈ ਸੀ ਨਾ ਉਹਨਾਂ ਨੇ ਇੱਕ ਸਰਦਾਰ ਜੀ ਦੇ ਘਰ ਕੰਮ ਦੱਸਿਆ ਮੈਂ ਉੱਥੇ ਇੱਕ ਵਾਰ ਪਤਾ ਕਰਦੀ ਹਾਂ ਮੈਂ ਸੋਚਿਆ ਸੀ ਇੱਕ ਵਾਰ ਨੂਰ ਨੂੰ ਦੇਖ ਜਾਂਦੀ ਚੱਲ ਕੋਈ ਨਾ ਧੀਏ ਤੂੰ ਫਿਕਰ ਨਾ ਕਰ ਬਸ ਮੈਂ ਵੀ ਥੋੜ੍ਹਾ ਜਿਹਾ ਇੱਕ ਦੋ ਦਿਨ ਠੀਕ ਹੋ ਜੂਗਾ ਫਿਰ ਮੈਂ ਦਿਹਾੜੀ 'ਤੇ ਜਾਣ ਲੱਗ ਜੂੰਗਾ ਨਹੀਂ ਡੈਡੀ ਜਦ ਤੱਕ ਮੈਂ ਹੈਗੀ ਹਾਂ ਤੁਸੀਂ ਕੋਈ ਦਿਹਾੜੀ ਨਹੀਂ ਕਰੋਗੇ ਮੈਂ ਕਮਾ ਲਾਂਗੀ ਮੈਂ ਤੁਹਾਡਾ ਵੀ ਖਰਚਾ ਚੱਕਣ ਨੂੰ ਤਿਆਰ ਹਾਂ ਨੂਰ ਤਾਂ ਹੈ ਹੀ ਮੇਰੀ ਜ਼ਿੰਮੇਵਾਰੀ ਕੋਈ ਨਾ ਪੁੱਤ ਫਿਕਰ ਨਾ ਕਰ ਸੋਚਿਆ ਨਹੀਂ ਸੀ ਪੁੱਤ ਕਦੇ ਵਿੱਕੀ ਤੋਂ ਬਾਅਦ ਆਹ ਦਿਨ ਵੀ ਦੇਖਣੇ ਪੈਣਗੇ ਪੁੱਤ ਵਿੱਕੀ ਕੀ ਗਏ ਮੇਰੀ ਤਾਂ ਸਾਰੀਆਂ ਖੁਸ਼ੀਆਂ ਹੀ ਨਾਲ ਲੈ ਗਏ ਚੱਲ ਕੋਈ ਨਾ ਪੁੱਤ ਮੈਂ ਦੇਖੂੰਗਾ ਕੁਛ ਕੰਮ ਕਰ ਪੁੱਤ ਕੋਈ ਗੱਲ ਨਹੀਂ ਤੁਸੀਂ ਡੈਡੀ ਆਰਾਮ ਕਰੋ ਮੈਂ ਬਸ ਤੁਹਾਨੂੰ ਦਵਾਈ ਦੇਣ ਆਈ ਸੀ ਅਤੇ ਨੂਰ ਦੇਖਣ ਆਈ ਸੀ ਅੱਛਾ ਨੂਰ ਸੁੱਤੀ ਪਈ ਹੈ ਕੋਈ ਨਹੀਂ ਮੈਂ ਜਦ ਤੱਕ ਉਹਨਾਂ ਦਾ ਪਤਾ ਕਰਕੇ ਆਉਂਦੀ ਹਾਂ ਤੁਹਾਨੂੰ ਮੈਂ ਦਵਾਈ ਦੇ ਦਿੰਦੀ ਹਾਂ ਫਿਰ ਮੈਂ ਉੱਧਰ ਕੰਮ ਪਤਾ ਕਰਕੇ ਆਉਂਦੀ ਹਾਂ ਮੈਂ ਲੈ ਲੂੰਗਾ ਦਵਾਈ ਪਾਣੀ ਦੇ ਜਾ ਪੁੱਤ ਮੈਂ ਹਾਂਜੀ ਡੈਡੀ ਤੁਸੀਂ ਟੈਨਸ਼ਨ ਨਾ ਲਓ ਦਵਾਈ ਲੈ ਲਓ ਮੈਂ ਬਸ ਇੱਕ ਵਾਰ ਫੈਕਟਰੀ ਵਾਲੇ ਸਰਦਾਰ ਜੀ ਨਾਲ ਗੱਲ ਕਰਾਂਵਾਂ ਮੈਨੂੰ ਬੜੀ ਉਮੀਦ ਹੈ ਉਹਨਾਂ ਤੋਂ ਚੱਲ ਪੁੱਤ ਤੂੰ ਜਾਇਆ ਨੂਰ ਦੀ ਫਿਕਰ ਨਾ ਕਰੀ ਮੈਂ ਹੈਗਾ ਮੈਂ ਸਾਂਭ ਲੂੰਗਾ ਹੈ ਆਂਦੇ ਥੋੜਾ ਦੁੱਧ ਵੀ ਲੈ ਆਉਂਗੀ ਉਹਦੇ ਲਈ ਹਾਂ ਕੋਈ ਨਾ ਪੁੱਤ ਠੀਕ ਹੈ ਦਵਾਈ ਤਾਂ ਚੱਕ ਹਾਂ ਹਾਂ ਵੀਰੇ ਮੈਂ ਆਉਂਦਾ ਹੀ ਸੀ ਇੱਕ ਤਾਂ ਯਾਰ ਅੱਜ ਦੇ ਦੀ ਕੰਮ ਵਾਲੀ ਹਟੀ ਆ ਨਾ ਘਰ ਦਾ ਐਡਾ ਕੁ ਭੁਚਾਲ ਪੈ ਰਿਹਾ ਬਹੁਤ ਔਖਾ ਹੋ ਰਿਹਾ ਮੈਂ ਤਾਂ ਬਸ ਛੱਡੇ ਵੀ ਨਹੀਂ ਜਾਂਦੇ ਕੰਮ ਕਾਰ ਕਰਨ ਵਾਲੇ ਜਿਹੜੇ ਹੁੰਦੇ ਆ ਅਤੇ ਕਰਨੇ ਵੀ ਇਕੱਲੇ ਨੂੰ ਔਖੇ ਯਾਰ ਕੰਮ ਸਾਂਭਾਂ ਕਿ ਘਰ ਸਾਂਭਾਂ ਕਿਹਾ ਹੋਇਆ ਇੱਕ ਕੁੜੀ ਨੂੰ ਹਾਂ ਹਾਂ ਕਿਹਾ ਸੀ ਉਹਨਾਂ ਨੂੰ ਮੈਂ ਕਿਹਾ ਯਾਰ ਭੇਜ ਦਿਓ ਕਿਸੇ ਕੰਮ ਵੱਲ ਨੂੰ ਅਤੇ ਇੱਕ ਮਿੰਟ ਯਾਰ ਇੱਕ ਲੇਡੀ ਆਇਆ ਕਰ ਲਾਂ ਮੈਂ ਗੱਲ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਡਮ ਮੈਨੂੰ ਪਤਾ ਲੱਗਿਆ ਤੁਹਾਡੀ ਕੋਠੀ 'ਚ ਕਿਸੇ ਨੂੰ ਕੰਮ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਕੰਮ ਵੱਲ ਦੀ ਲੋੜ ਹੈ ਲੈ ਆਉਂਦੇ ਤੁਸੀਂ ਨਾਲ ਹੀ ਨਹੀਂ ਮੈਂ ਖੁਦ ਕਰਨਾ ਚਾਹੁੰਦੀ ਹਾਂ ਤੁਹਾਡਾ ਕੰਮ ਕਿਉਂ ਮਜ਼ਾਕ ਕਰਦੇ ਮੈਡਮ ਜੀ ਨਾਲੇ ਇਹ ਕੋਠੀ ਵਾਸਤੇ ਮੈਂ ਕੋਈ ਕੋਆਰਡੀਨੇਟ ਨਹੀਂ ਰੱਖਣੀ ਹੈਗੀ ਮੈਨੂੰ ਝਾੜੂ ਪੋਚੇ ਦੀ ਲੋੜ ਹੈ ਜੇ ਕੋਈ ਹੈਗੀ ਹੈ ਕੰਮ ਵਾਲੀ ਤਾਂ ਦੱਸੋ ਮੈਨੂੰ ਮੈਂ ਕੰਮ ਵਾਲੀ ਹੀ ਹਾਂ ਮੈਂ ਝਾੜੂ ਪੋਚੇ ਵਾਸਤੇ ਹੀ ਆਈ ਹਾਂ ਤੁਸੀਂ ਪਲੀਜ਼ ਮੇਰੀ ਮਜਬੂਰੀ ਨੂੰ ਸਮਝੋ ਮੈਨੂੰ ਕੰਮ ਦੇ ਦਿਓ ਮੈਨੂੰ ਬਹੁਤ ਜ਼ਰੂਰਤ ਹੈ ਮੈਡਮ ਐਡੀ ਕੀ ਮਜਬੂਰੀ ਪੈ ਗਈ ਵੀ ਤੁਹਾਨੂੰ ਝਾੜੂ ਪੋਚਾ ਕਰਨਾ ਪੈ ਰਿਹਾ ਨਾਲੇ ਤੁਸੀਂ ਤਾਂ ਦੇਖਣ 'ਚ ਚੰਗੇ ਕਰਦੇ ਲੱਗਦੇ ਹੋ ਬਸ ਕਹਿ ਲਓ ਕਿਸਮਤ ਨੇ ਕੀ ਫੇਰ ਲਿਆ ਮੈਂ ਖੁਦ ਨਹੀਂ ਸਮਝਾ ਸਕਦੀ ਮੇਰੀ ਛੋਟੀ ਬੱਚੀ ਹੈ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਹੈ ਔਰ ਮੇਰੇ ਹਸਬੈਂਡ ਦੇਵਤਾ ਰੂਪ ਸੀ ਉਹਨਾਂ ਦੀ ਡੈਥ ਹੋ ਗਈ ਔਰ ਮੇਰੇ ਡੈਡੀ ਵੀ ਬਹੁਤ ਬਜ਼ੁਰਗ ਨੇ ਸੋ ਮੈਂ ਆਪਣਾ ਘਰ ਚਲਾਉਣ ਲਈ ਮੈਨੂੰ ਜੋ ਕੰਮ ਮਿਲ ਸਕਦਾ ਮੈਂ ਕਰਨ ਨੂੰ ਤਿਆਰ ਹਾਂ ਚਲੋ ਠੀਕ ਹੈ ਮੈਡਮ ਸਾਰੀ ਸਟੋਰੀ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਮਝਦਾ ਮੈਂ ਕੁਛ ਗੱਲਾਂ ਕਰਦੀਆਂ ਵੀ ਹੁੰਦੀਆਂ ਨੇ ਨਾਲੇ ਖੁਦੋਂਗੀ ਦੇ 'ਤੇ ਚੰਗਾ ਮਾੜਾ ਟਾਈਮ ਆ ਜਾਣਾ ਕੁਛ ਨਹੀਂ ਪਤਾ ਹੁੰਦਾ ਬਾਕੀ ਤੁਸੀਂ ਫਿਕਰ ਨਾ ਕਰੋ ਰੱਬ ਨੇ ਜੇ ਮਾੜਾ ਟਾਈਮ ਲਿਆਂਦਾ ਤਾਂ ਚੰਗਾ ਵੀ ਆਊਗਾ ਬਾਕੀ ਕੰਮ ਕਾਰ ਤਾਂ ਦੇਖ ਹੀ ਲਓ ਤੁਹਾਡੇ ਸਾਹਮਣੇ ਹੀ ਹੈ ਘਰ ਸਾਰਾ ਇਹਦੀ ਸਾਫ਼ ਸਫਾਈ ਕਰਨੀ ਹੈ ਅਤੇ ਇੱਕ ਮੇਰੇ ਬ੍ਰੇਕਫਾਸਟ ਅਤੇ ਬੇਫਿਕਰ ਹੋ ਜਾਓ ਮੈਂ ਘਰ ਦੀ ਜ਼ਿੰਮੇਵਾਰੀ ਲੈ ਲਾਂਗੀ ਸਾਫ਼ ਸਫਾਈ ਰੋਟੀ ਪਾਣੀ ਮੈਂ ਤੁਹਾਡੇ ਕੱਪੜੇ ਵੀ ਧੋ ਦੂੰਗੀ ਬਸ ਤੁਸੀਂ ਮੇਰੇ 'ਤੇ ਜਿਹੜੀ ਮਿਹਰਬਾਨੀ ਕੀਤੀ ਹੈ ਨਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਅੱਛਾ ਮੈਡਮ ਤੁਸੀਂ ਇਹ ਦੱਸੋ ਤਨਖਾਹ ਕਿੰਨੀ ਲਾਉਂਗੇ ਇੰਨੇ ਕੰਮ ਦੀ ਤਨਖਾਹ ਸਾਹਿਬ ਇੰਨੀ ਕੁ ਦੇ ਦਿਓ ਕਿ ਮੇਰੀ ਅਤੇ ਮੇਰੀ ਧੀ ਦਾ ਗੁਜ਼ਾਰਾ ਹੋਣਾ ਸ਼ੁਰੂ ਹੋ ਜੇ ਕੋਈ ਗੱਲ ਨਹੀਂ ਜੀ ਤੁਸੀਂ ਦੱਸ ਦਿਓ ਕਿੰਨੇ ਖਰਚੇ ਦੀ ਲੋੜ ਹੈ ਉਸ ਤੋਂ ਵੱਧ ਹੀ ਦੇ ਦੂੰਗਾ ਮੈਂ ਬਹੁਤ ਬਹੁਤ ਧੰਨਵਾਦ ਕਰ ਲਓ ਫਿਰ ਤੁਸੀਂ ਕੰਮ ਸ਼ੁਰੂ ਹਾਂਜੀ ਹਾਂਜੀ ਡੈਡੀ ਕਿੱਧਰ ਗਏ ਡੈਡੀ ਡੈਡੀ ਕਿੱਧਰ ਹੋ ਰਾਣੋ ਹਾਂਜੀ ਡੈਡੀ ਆ ਗਈ ਪੁੱਤ ਨੂੰ ਠੀਕ ਹੈ ਹਾਂ ਪੁੱਤ ਉੱਠ ਗਈ ਸੀਗੀ ਫਿਰ ਮੈਨੂੰ ਥਾਪੜ ਕੇ ਸਵਾ ਕੇ ਆਇਆ ਅੱਛਾ ਸੋ ਗਈ ਫਿਰ ਹਾਂ ਕੀ ਬਣਿਆ ਪੁੱਤ ਤੇਰੇ ਕੰਮ ਦਾ ਹਾਂ ਡੈਡੀ ਹੁਣ ਤੁਸੀਂ ਟੈਨਸ਼ਨ ਨਾ ਲਓ ਕੰਮ ਮਿਲ ਗਿਆ ਮੈਨੂੰ ਅੱਛਾ ਪੁੱਤ ਹਾਂਜੀ ਡੈਡੀ ਹੁਣ ਆਪਾਂ ਵਧੀਆ ਦੋ ਟਾਈਮ ਦੀ ਰੋਟੀ ਵਧੀਆ ਖਾ ਸਕਦੇ ਹਾਂ ਅੱਛਾ ਸ਼ੁਕਰ ਹੈ ਪਰਮਾਤਮਾ ਦਾ ਬੜੇ ਭਲੇ ਮਾਨਸ ਬੰਦੇ ਨੇ ਉਹਨਾਂ ਨੇ ਤਾਂ ਬਸ ਮੈਨੂੰ ਦੇਖਦੇ ਸਾਰੇ ਕਿਹਾ ਕਿ ਤੁਸੀਂ ਕੰਮ ਕਰ ਲਓ ਜਿੰਨੀ ਤਨਖਾਹ ਕਹੋਗੇ ਉਨੀ ਦੇ ਦਾਂਗੇ ਹੁਣ ਆਪਾਂ ਵਧੀਆ ਆਪਣਾ ਗੁਜ਼ਾਰਾ ਕਰ ਲਿਆ ਕਰਾਂਗੇ
चल पुत चंगी गल है ते पर पुत अपना ध्यान रखी। डैडी तुसी डरो ना, विक्की ने जिस दलदल तो मैनू बाहर कढ़िया है ना, मैं उस दलदल ते कदे पैर नहीं रखांगी। मैनू चाहे भुखा क्यों ना रहना पवे, थोड़ा क्यों ना खाना पवे, पर मैं अपनी मेहनत का काम करूंगी। काम कोई छोटा वड्डा नहीं हुंदा, मैं मेहनत करांगी, मैं थोड़ी भी जरूरत पूरियां करांगी और नूर नू भी वधिया पढ़ा लिखा के वड्डा करांगी, पर मैं उस दलदल ते कदे पैर नहीं रखांगी, कदे भी नहीं। तुसी इस गल बारे कदे ना सोचियो दोबारा। हुण चल ठीक है पुत, और नूर दा देख ला अंदर चली जा। हां जी डैडी। कभी नवी मेल आ गई कर बच्चा साहब जी, थोड़ी चाह। साहब जी तुहानू एक गल पुछा, मैं कल दा देख रही हाँ इन्ने वड्डे घर च तुसी कल्ले रहिंदे हो, मेम साहब किते गए होए ने। नाम की है तुहाडा? मेरा नाम राणो है। राणो असल च गल इह है ना कि कई बार कोई इंसान थोड़े तो इन्नी दूर चला जाता तू वापस आने का ना ही नहीं लैंदा। मतलब मैं समझी नहीं। मतलब ये कि मैडम जी एहो जी जगह पर गए हुए जिथों अज तक कोई मुड़के नहीं आया। अच्छा मैं समझ गई, सॉरी मैं थोड़ा दिल दुखाया, मैनू पता नहीं सी। नहीं नहीं कोई गल नहीं। पर साहब जी तुसी दूसरा विआह क्यों नहीं कराया, इन्ने अमीर हो तुसी, तुहाडा तो दूसरा विआह हो जाना चाहिए सी। असल च उन्हें जांदी जांदी मैनू एक निशानी दी। निशानी? मेरा बेटा। अच्छा पर मैं देखिया वो भी घरे है नहीं, वो किते गया होया? असल च ना उन्हें देख देख के मेरा होर मन खराब होंदा सी, क्योंकि ना तो खुद तो इन्नी केयर ही होंदी सी ते ना फिर मैं बच्चे नू होस्टल दे विच पाता ताकि उहदा भी आपदे हांदियां च मन लग्या रहूगा ते मेरा भी। समझ गई मैं, कोई गल नहीं, जिवें तुहानू ठीक लगता है, जदों वड्डा हो जूगा तुहाडे नाल ही रहूगा। सही है जी, नाले वेट है इस गल दी कि टाइम दे नाल जखम भर जा, पर इह किहो जिहा जखम आ जिहड़ा भरन दा नाम ही नहीं लैंदा। तुसी फिक्र ना करो साहब जी, समा बहुत बलवान है, वड्डे तो वड्डा जखम भी भर दिंदा है। चल छड्ड यार, मैं भी कड़ियाँ गल्लां च पै गया। अच्छा तू ये दस, इन्ने सलीके नाल काम करन वाली कुड़ी ते इन्ना वधिया बोलन चलन वाली यार, इन्ने काम दे लायक तो नहीं हो सकती जिहड़ा तू झाड़ू पोछे दा करी जांदी है। तू मैनू ये दस तेरी पढ़ाई किन्नी कीती है? मेरे डैडी जी ने ना मैनू ग्रैजुएशन कराई, कॉलेज तक भेजा, मैनू मास्टर्स भी करानी सी, पर विच मेरा विआह हो गया और विआह भी इन्नी वधिया जगह ते कीता मैं भुल नहीं सकती। पर किस्मत उहदे अगे, किस्मत अगे हर कोई हार जांदा, बस उहनां दी डैथ हो गई। बहुत प्यार करदे सी मैनू, बहुत ज़्यादा। सॉरी राणू, मैं भी तेरे तो की पुछ बैठा, कई बार आपां किसी चीज़ नूं भुलण की कोशिश करते हैं पर जे थोड़ी जी भी याद आती है ना तो मैनू पता सच्ची बहुत दुख होंदा। सही में मेरी कहानी सी। अच्छा छड्ड, तू ना अज का दिन कर लै काम, कल तो आपां घर के काम वास्ते कोई होर लभ लैने, तुसी मेरे ना फैक्टरी का काम कराया करे। पर साहब जी मैं तो कदे कोई फैक्टरी च काम ही नहीं किया, मैनू कोई काम नहीं आता। पहले दिन यह काम किसी नूं भी नहीं आता होंदा, मैं कहड़ा पहले दिन ही जाके फैक्टरी ला ली सी। तुसी टेंशन ना लो, सारा काम सिखाउण दी जिम्मेवारी मेरी है, तुसी बस आपदा मूड बनाओ। ठीक है साहब जी, जिवें तुसी कहो। हाँ नाले तेरे ओ बेटी दी पढ़ाई वास्ते पैसे चाहिए होणगे। हाँ जी हाँ जी, तेरी तनख्वाह भी वध लग जाऊगी। तुहाडा बहुत बहुत एहसान है साहब जी, बहुत बहुत शुक्रिया। ठीक चलो कर लो कम कर। हाँ जी की यार, हुण तक मैनू लगता सी मैं बहुत दुखी हाँ, मेरी पार्टनर मेरे नाल है नहीं, ये कोल पार्टनर भी है नहीं, यदा तो हालात भी किन्ने माड़े आ। आ पक्खा मिंदर रखना। डैडी डैडी छड्डो, क्यों तुसे बाहर चक्की जा रहे हो? ओ राणो पुत, ठंड आ गई, इहदा की काम बाहर पिया पुत, मैं कहणी तो मैं सोचा अंदर रख देना। मैं चक लांगी, ਤੁਸੀਂ ਕਿਉਂ ਪੰਗੇ ਲੈ ਰਹੇ ਹੋ, ਤੁਹਾਡੀ ਸਿਹਤ ਕਿਹੜਾ ਅਲਾਓ ਕਰਦੀ ਹੈ? ਛੱਡੋ ਤੇਰਾ ਕੰਮ ਕਰਕੇ ਮੈਂ ਚੱਲ ਰਿਹਾ ਪਤਾ। ਮੈਂ ਤੈਨੂੰ ਦੱਸਣ ਲੱਗੀ ਸੀ ਮੇਰਾ ਕੰਮ ਤਾਂ ਬਹੁਤ ਵਧੀਆ ਹੋ ਗਿਆ। ਡੈਡੀ ਤੁਸੀਂ ਜਿਹੜਾ ਮੈਨੂੰ ਇੰਨਾ ਪੜ੍ਹਾ ਲਿਖਾ ਦਿੱਤਾ ਨਾ, ਅੱਜ ਉਹੀ ਪੜ੍ਹਾਈ ਮੇਰੇ ਕੰਮ ਆ ਰਹੀ ਹੈ,
ਉਹ ਮੈਨੂੰ ਕਹਿੰਦੇ ਤੂੰ ਸਾਫ ਸਫਾਈ ਵਾਲਾ ਕੰਮ ਨਹੀਂ ਕਰਨਾ, ਤੂੰ ਫੈਕਟਰੀ 'ਚ ਲੱਗ ਜਾ, ਨਾਲੇ ਤਨਖਾਹ ਵੀ ਡਬਲ ਹੋ ਜਾਊਗੀ। ਹਾਂ ਪੁੱਤ, ਹਾਂ ਜੀ, ਤੁਹਾਡਾ ਦੇਣਾ ਮੈਂ ਕਦੇ ਨਹੀਂ ਦੇ ਸਕਦੀ, ਤੁਸੀਂ ਜਿਹੜੀ ਮੈਨੂੰ ਪੜ੍ਹਾਈ ਦਿੱਤੀ ਨਾ, ਤੁਸੀਂ ਦੇਖੋ ਅੱਜ ਉਹੀ ਮੇਰੇ ਕੰਮ ਆ ਰਹੀ ਹੈ। ਸ਼ੁਕਰੀਆ ਡੈਡੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇੰਨਾ ਪੜ੍ਹਾ ਲਿਖਾ ਦਿੱਤਾ। ਮੇਰਾ ਤਾਂ ਸ਼ੁਕਰੀਆ ਕਾਹਦਾ ਪੁੱਤ, ਸ਼ੁਕਰੀਆ ਤਾਂ ਉਹਦਾ ਪੁੱਤ ਦਾ, ਉਹਨੂੰ ਪਰਮਾਤਮਾ ਲੰਬੀ ਉਮਰ ਲਾਵੇ, ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਪੁੱਤ। ਸੱਚੀ ਸਾਹਿਬ ਜੀ ਬਹੁਤ ਚੰਗੇ ਨੇ, ਉਹਨਾਂ ਨੇ ਤਾਂ ਸਾਡੇ ਦਿਨ ਹੀ ਬਦਲਤੇ। ਚੱਲ ਕੋਈ ਨਾ ਪੁੱਤ, ਇਹਨੂੰ ਛੱਡੋ, ਇਹ ਮੈਂ ਚੱਕ ਲਾਂਗੀ। ਉਹ ਮੈਂ ਚੱਕ ਲੂੰਗਾ ਪੁੱਤ। ਨਹੀਂ ਨਹੀਂ ਡੈਡੀ, ਤੁਸੀਂ ਜਾਓ, ਹੁਣ ਤੁਸੀਂ ਆਰਾਮ ਕਰੋ ਤੇ ਨੂਰ ਨੂੰ ਸੰਭਾਲੋ, ਬਾਕੀ ਮੈਂ ਆਪੇ ਸੰਭਾਲਾਂਗੀ। ਚੱਲ ਚੰਗਾ ਪੁੱਤ, ਤੂੰ ਰੋਟੀ ਟੁੱਕ ਖਾ ਲਾ ਨਾਲੇ। ਹਾਂਜੀ ਹਾਂਜੀ। ਫੈਕਟਰੀ ਤਾਂ ਤਾਂ ਸਾਰੀ ਵੇਖ ਹੀ ਲਈ, ਠੀਕ ਹੈ, ਆਏ ਆਪਣਾ ਆਫਿਸ ਬਹੁਤ ਸੋਹਣਾ ਹੈ ਅਤੇ ਨਾਲੇ ਉੱਧਰ ਤੈਨੂੰ ਬੋਰੀਆਂ ਚੱਕਣ ਦੀ ਲੋੜ ਨਹੀਂ ਹੈਗੀ, ਕਿਤੇ ਸੋਚੀ ਜਾਂਦੀ ਹੋਵੇ ਗੋਡਾਮ 'ਚ ਬੋਰੀਆਂ ਮੈਂ ਚੱਕਣੀਆਂ ਨੇ, ਉੱਥੇ ਬੰਦੇ ਹੈਗੇ ਆਪਣੇ ਕੋਲ ਕੰਮ ਕਰਨ ਵਾਸਤੇ, ਤੂੰ ਬਸ ਇੱਧਰਲਾ ਕਲੈਰੀਕਲ ਕੰਮ ਹੀ ਦੇਖਣਾ। ਠੀਕ ਹੈ ਜੀ। ਅੱਛਾ ਹਾਂਜੀ, ਮੈਨੂੰ ਦੱਸ ਦਿਓ ਇੱਕ ਵਾਰ। ਦੱਸਣ ਨੂੰ ਕੁਛ ਨਹੀਂ, ਕੰਮ ਸੌਖਾ ਹੀ ਹੈ। ਇੱਕ ਤਾਂ ਤੂੰ ਇਹ ਧਿਆਨ ਰੱਖਣਾ ਵੀ ਜਿੰਨਾ ਵੀ ਆਪਣੇ ਕੋਲ ਮਾਲ ਵਗੈਰਾ ਆਉਂਦਾ ਮੇਰੀ ਗੈਰ ਹਾਲਤੀ 'ਚ, ਉਹ ਜਿੰਨੀਆਂ ਵੀ ਉਹਦੀਆਂ ਇਨਵਾਇਸਾਂ ਹੋਣਗੀਆਂ, ਜਿੰਨੇ ਬਿੱਲ ਹੋਣਗੇ, ਉਹ ਤਾਂ ਸਾਂਭ ਕੇ ਰੱਖਣੀ। ਠੀਕ ਹੈ ਜੀ, ਠੀਕ ਹੈ। ਉਹ ਤੁਹਾਨੂੰ ਲੇਬਰ ਦੱਸ ਹੀ ਦਿਆ ਕਰੂਗੀ ਕਿ ਮੈਮ ਆਹ ਸਿਸਟਮ ਇੰਨਾ ਹੋ ਗਿਆ, ਇੰਨੀਆਂ ਬੋਰੀਆਂ ਨੇ, ਚੈਕਿੰਗ ਕਰਕੇ ਤੂੰ ਨਾਲ ਦੀ ਨਾਲ ਉਹ ਫਾਈਲ ਚਲਾ ਦੇਣਾ। ਠੀਕ ਹੈ, ਮੈਂ ਤੁਹਾਨੂੰ ਮਤਲਬ ਰੋਜ਼ ਦੀ ਰੋਜ਼ ਰਿਪੋਰਟ ਦੇ ਦਿਆ ਕਰਾਂ ਸ਼ਾਮ ਨੂੰ ਕਿ ਅੱਜ ਸਾਰਾ ਦਿਨ। ਓਕੇ, ਅਤੇ ਬਾਕੀ ਆ ਇਹਦੇ 'ਚ ਜਿੰਨਾ ਵੀ ਬੈਲੈਂਸ ਹੋਊਗਾ ਆਪਣਾ ਓਪਨਿੰਗ ਸਟਾਕ ਹੈ, ਬਾਕੀ ਹੌਲੀ ਹੌਲੀ ਸਮਝਾਉਂਦਾ ਰਹੂਗਾ ਤੈਨੂੰ। ਠੀਕ ਹੈ, ਅੱਜ ਦਾ ਜਿਹੜਾ ਕਲੋਜ਼ਿੰਗ ਬੈਲੈਂਸ ਹੈ ਉਹ ਆਏ। ਠੀਕ ਹੈ, ਅਤੇ ਬਾਕੀ ਜੇ ਕੋਈ ਹੋਰ ਕੰਮ ਹੋਊਗਾ ਤਾਂ ਤੂੰ ਮੈਨੂੰ ਕਾਲ ਵੀ ਕਰ ਸਕਦੀ ਹੈ। ਠੀਕ ਹੈ, ਫੋਨ ਤਾਂ ਹੈਗਾ ਹੀ ਹੈ ਤੇਰੇ ਕੋਲ। ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ, ਸੱਚੀ ਤੁਸੀਂ ਤਾਂ ਮੇਰੀ ਜ਼ਿੰਦਗੀ ਬਦਲਤੀ। ਯਾਰ ਤੂੰ ਮੈਨੂੰ ਸਾਹਿਬ ਨਾ ਕਿਹਾ ਕਰ, ਆਪਾਂ ਇੱਕੋ ਜਿਹੇ ਲੈਵਲ 'ਤੇ ਕੰਮ ਕਰ ਰਹੇ ਹਾਂ ਤਾਂ ਬਾਹਲਾ ਸਾਫ ਸਾਫ ਕਰਨ ਦੀ ਲੋੜ ਨਹੀਂ ਹੈਗੀ। ਮੇਰਾ ਨਾਂ ਰਵੀ ਹੈ, ਇਹੀ ਲੈ ਲਿਆ ਕਰ। ਤੁਸੀਂ ਤਾਂ ਬਹੁਤ ਵੱਡੇ ਹੋ, ਮੈਂ ਤੁਹਾਡਾ ਨਾਮ ਨਹੀਂ ਲਊਂਗੀ, ਮੈਂ ਤੁਹਾਨੂੰ ਸਰ ਕਹਿ ਦਿਆ ਕਰੂੰਗੀ, ਰਵੀ ਸਰ। ਠੀਕ ਹੈ, ਚਲੋ ਠੀਕ ਹੈ, ਤੁਹਾਡੀ ਮਰਜ਼ੀ ਹੈ, ਜੋ ਕਹਿਣਾ ਉਹ ਕਹਿ ਲਿਆ ਕਰੋ, ਪਰ ਬਸ ਮੈਂ ਤਾਂ ਇੰਨੀ ਗੱਲ ਕਹਿਣਾ ਵੀ ਤੁਹਾਡੇ ਮਨ 'ਚ ਕਦੇ ਨਹੀਂ ਹੋਣਾ ਚਾਹੀਦਾ ਆਹ ਸਾਬਾਂ ਸੂਬਾਂ ਵਾਲੀ ਗੱਲ, ਨਾ ਮੈਂ ਉਦੋਂ ਦਾ ਹੈਗਾ ਅਤੇ ਨਾ ਫਿਰ ਉਦੋਂ ਦਾ ਨੇਚਰ ਆ, ਅਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਬੇਝਿਜਕ ਮੰਗ ਲਿਆ ਕਰੋ। ਠੀਕ ਹੈ, ਬਾਕੀ ਤੁਹਾਡੇ ਤਾਂ ਮੈਨੂੰ ਭਰੋਸਾ ਹੈਗਾ ਕੰਮ ਤੁਸੀਂ ਇਮਾਨਦਾਰੀ ਨਾਲ ਹੀ ਕਰੋਗੇ। ਹਾਂਜੀ ਹਾਂਜੀ, ਚਲੋ ਠੀਕ ਹੈ, ਆ ਜਾਓ ਫਿਰ ਸਾਂਭ ਲਓ ਕੰਮ, ਮੈਨੂੰ ਆ ਨਾਲ ਵਾਲੀ ਫੈਕਟਰੀ 'ਚ ਕੰਮ ਆ, ਜਾਈਏ ਜੇ ਉੱਧਰ ਡੀਲ ਡਾਊਨ ਹੋ ਗਈ ਫਿਰ ਆਪਾਂ ਇੱਕ ਹੋਰ ਬ੍ਰਾਂਚ ਖੋਲ੍ਹ ਦੇਣਗੇ। ਠੀਕ, ਚਲੋ ਠੀਕ ਹੈ, ਆ ਜਾ ਬੈਠ ਇੱਧਰ। ਜ਼ਿੰਦਗੀ ਨੇ ਰਾਨੋ ਤੈਨੂੰ ਇੱਕ ਹੋਰ ਮੌਕਾ ਦਿੱਤਾ ਹੈ, ਮਿਹਨਤ ਕਰ ਇਮਾਨਦਾਰੀ ਨਾਲ, ਨੂਰ ਨੂੰ ਵਧੀਆ ਵਧੀਆ ਉਹਦੇ ਸਾਰੇ ਸੁਪਨੇ ਪੂਰੇ ਕਰਾਂਗੀ। ਸੋ ਜਾ ਨੂਰ ਪੁੱਤ, ਸੋ ਜਾ। ਸੋ ਗਈ ਨੂਰ? ਹਾਂ ਹਾਂ ਰਾਨੋ। ਇਹ ਦੱਸ ਪੁੱਤ, ਤੇਰਾ ਫੈਕਟਰੀ ਦਾ ਕਿਵੇਂ ਰਿਹਾ? ਬਹੁਤ ਵਧੀਆ, ਉਹ ਬਹੁਤ ਅੱਛੇ ਇਨਸਾਨ ਨੇ, ਉਹਨਾਂ ਨੇ ਤਾਂ ਮੈਨੂੰ ਆਪਣੀ ਕੁਰਸੀ ਤੇ ਬਿਠਾਇਆ, ਸਾਰਾ ਕੰਮ ਕਾਜ ਦੇਤਾ, ਔਰ ਮੈਂ ਸਾਰਾ ਕੰਮ ਸੰਭਾਲ ਵੀ ਲਿਆ। ਜੀ ਲੱਗ ਗਿਆ ਪੁੱਤ ਤੇਰਾ? ਹਾਂਜੀ ਹਾਂਜੀ। ਚਾ ਪੁੱਤ ਮੇਰੇ ਦੱਸ, ਐ ਰੱਖੀ ਧਿਆਨ ਨਾਲ, ਇਮਾਨਦਾਰੀ ਨਾਲ ਕੰਮ ਕਰੀ ਪੁੱਤ। ਹਾਂਜੀ ਹਾਂਜੀ। ਇਹ ਤਾਂ ਸੁੱਤੀ ਪਈ ਆ, ਐ ਤੂੰ ਐ ਕਰ, ਥੱਕੀ ਆਈ ਹੋਈ ਆ, ਮੈਂ ਤੈਨੂੰ ਪਾਣੀ ਪੁਣੀ ਲਿਆ ਕੇ ਦੇ ਪੈਂਦਾ। ਨਹੀਂ ਨਹੀਂ, ਤੁਸੀਂ ਕਰੋ, ਮੈਂ ਬਣਾਉਂਦੀ ਹਾਂ। ਚੱਲ ਚੱਲ ਠੀਕ ਹੈ ਪੁੱਤ। ਸੋ ਜਾ। ਯਾਰ ਕਮਾਲ ਹੈ, ਆਫਿਸ ਨੂੰ ਕਿੰਨਾ ਸਾਫ਼ ਸੁਥਰਾ ਕਰਤੇ ਨੇ ਅੱਜ। ਵਾਕਈ ਇਹ ਚੀਜ਼ਾਂ ਨਾ ਔਰਤਾਂ ਦੇ ਸਾਹਮਣੇ ਹੀ ਹੁੰਦੀਆਂ ਨੇ, ਬੰਦਿਆਂ ਤੋਂ ਇਹ ਚੀਜ਼ਾਂ ਕਿੱਥੇ ਸਾਂਭਦੀਆਂ ਨੇ। ਦੇਖਾਂ ਕੰਮ ਕਾਰ ਕਿੱਦਾਂ ਕੀਤਾ, ਕਮਾਲ ਦੀ ਗੱਲ ਹੈ, ਇੰਨੀ ਸਮਝਦਾਰ ਕੁੜੀ, ਇੱਕ ਵਾਰੀ ਉਹ ਕੰਮ ਸਮਝਾਇਆ ਸੀ, ਸਾਰੀ ਰਿਪੋਰਟ ਸਹੀ ਆ। ਮੈਂ ਲੱਗਦਾ ਲੇਟ ਹੋ ਗਈ, ਆਈ ਨਹੀਂ ਅੱਜ, ਕੁਛ ਤਾਂ ਚੱਲ। ਹੈਲੋ। ਹੈਲੋ, ਹਾਂਜੀ ਸਰ ਜੀ। ਹਾਂ ਰਾਣੋ, ਕਿੱਥੇ ਹੋ ਤੁਸੀਂ? ਆਫਿਸ ਆ ਗਿਆ ਮੈਂ। ਸਰ ਮੈਂ ਤਾਂ ਆਫਿਸ ਕਦੋਂ ਦੀ ਆ ਗਈ ਆ, ਮੈਂ ਨਾ ਐਕਚੁਅਲੀ ਪਿੱਛੇ ਫੈਕਟਰੀ ਦਾ ਗੇੜਾ ਮਾਰਨ ਆਈ ਸੀ, ਕੱਲ ਹੀ ਨਾ ਸਟਾਕ ਆਇਆ ਸੀ ਨਵਾਂ, ਮੈਨੂੰ ਸੀ ਇੱਕ ਵਾਰ ਮੈਂ ਆਪ ਚੈੱਕ ਕਰਵਾ ਲਾਂ, ਫਿਰ ਤੁਹਾਡੇ ਤੋਂ ਸਾਈਨ ਕਰਵਾ ਲਾਂਗੀ। ਅੱਛਾ ਅੱਛਾ ਅੱਛਾ, ਚਲੋ ਠੀਕ ਹੈ, ਕਰੋ ਫਿਰ ਕੰਮ ਤੁਸੀਂ। ਹਾਂਜੀ, ਬਸ ਮੇਰਾ ਚੈੱਕ ਕਰ ਲਿਆ ਮੈਂ, ਬਸ ਤੁਹਾਨੂੰ ਆ ਕੇ ਸਾਈਨ ਹੀ ਕਰਵਾਉਣ ਲੱਗੀ ਹਾਂ, ਤੁਸੀਂ 2 ਮਿੰਟ ਆਫਿਸ 'ਚ ਹੀ ਵੇਟ ਕਰਿਓ। ਠੀਕ ਹੈ ਠੀਕ ਹੈ ਠੀਕ ਹੈ, ਇੱਥੇ ਹੀ ਆ ਮੈਂ, ਆ ਜਾਊਗੀ ਗੱਲ। ਓਕੇ ਸਰ, ਓਕੇ ਓਕੇ। ਯਾਰ ਇਹ ਪਹਿਲੀ ਕੁੜੀ ਆ ਜਿਹਨੂੰ ਪਹਿਲੀ ਵਾਰ ਦੇਖਦੇ ਸਾਰੀ ਮੈਨੂੰ ਇੱਕ ਫੀਲਿੰਗ ਜਿਹੀ ਆਉਣ ਲੱਗੀ ਸੀ। ਵੈਸੇ ਜੀ ਤੁਸੀਂ ਤਾਂ ਇਕੱਲੀ ਆਪਦੇ ਘਰ ਅਤੇ ਮੈਂ ਵੀ ਇਕੱਲਾ, ਅਤੇ ਉੱਪਰੋਂ ਇੰਨੀ ਸਮਝਦਾਰ ਵੀ ਹੈ, ਕੰਮ ਵੀ ਸਾਰਾ ਸਾਂਭਦੀ ਹੈ,
ਅਤੇ ਨਾਲੇ ਹੁਣ ਤੱਕ ਮੈਂ ਇਹੀ ਸੋਚ ਕੇ ਵਿਆਹ ਨਹੀਂ ਸੀ ਕਰਾ ਰਿਹਾ ਨਾ ਕਿ ਜੇ ਮੈਂ ਵਿਆਹ ਕਰਾ ਲਿਆ ਤਾਂ ਮੈਨੂੰ ਤਾਂ ਘਰ ਲਈ ਮਿਲ ਜੂ ਪਰ ਮੇਰੇ ਜਵਾਬ ਨੂੰ ਮਾਂ ਦੇ ਮਿਲ ਜੂ ਪਰ ਇਹ ਉਹ ਕੁੜੀ ਹੈ ਜਿਹਦੇ 'ਚ ਮੈਨੂੰ ਦੇਖ ਰਿਹਾ ਕਿ ਜਿੰਨੀ ਕਿ ਮੇਰੀ ਕੇਅਰ ਕਰੂਗੀ ਕੰਮ ਦੀ ਕੇਅਰ ਕਰੂਗੀ ਉਹਦੇ ਤੋਂ ਜ਼ਿਆਦਾ ਮੇਰੇ ਬੇਟੇ ਕਬੀਰ ਦੀ ਕੇਅਰ ਕਰੂਗੀ ਸ਼ਾਇਦ ਕਬੀਰ ਨੂੰ ਇਹ ਤੋਂ ਪਰਫੈਕਟ ਮਾਂ ਦਾ ਨਹੀਂ ਮਿਲ ਸਕਦੀ ਚਾਹੁੰਦਾ ਮੈਂ ਇਹਦੇ ਨਾਲ ਗੱਲ ਕਰਕੇ ਦੇਖਾਂ ਸਰ ਕਿਹਦੇ ਨਾਲ ਗੱਲਾਂ ਕਰੀ ਜਾ ਰਹੇ ਹੋ ਉਦਾਂ ਹੀ ਬਸ ਥੋੜ੍ਹਾ ਜਿਹਾ ਕੰਮ ਗਿਆ ਸੀ ਬੈਠੋ ਆਹ ਦੇਖੋ ਸਰ ਮੈਂ ਆਪ ਸਾਰਾ ਕੰਮ ਚੈੱਕ ਕਰਕੇ ਆਈ ਹਾਂ ਤੁਸੀਂ ਬਸ ਸਾਈਨ ਕਰ ਦਿਓ ਮੈਨੂੰ ਵੀ ਚੈੱਕ ਕਰਨ ਦੀ ਲੋੜ ਹੀ ਨਹੀਂ ਬਸ ਸਾਈਨ ਕਰਨ ਦੀ ਲੋੜ ਹੀ ਆ ਹਾਂਜੀ ਇੰਨਾ ਕੁ ਭਰੋਸਾ ਹੈਗਾ ਤੇਰੇ 'ਤੇ ਚਲੋ ਠੀਕ ਆ ਮੈਂ ਦੂਸਰੀ ਫੈਕਟਰੀ ਸਾਈਡ ਜਾ ਕੇ ਆਵਾਂ ਹਾਂਜੀ ਲਗਭਗ ਉੱਧਰ ਆਪਣੀ ਗੱਲ ਬਣੀ ਜਾਣੀ ਆ ਸਰ ਤੁਸੀਂ ਇੰਨੇ ਮਿਹਨਤੀ ਹੋ ਔਰ ਤੁਸੀਂ ਇੰਨੇ ਨੇਕ ਦਿਲ ਦੇ ਹੋ ਤੁਹਾਡੇ ਸਾਰੇ ਕੰਮ ਬਣ ਜਾਣਗੇ ਇਕੱਲਾ ਮੈਂ ਨਹੀਂ ਮੇਰੀ ਟੀਮ ਵੀ ਮਿਹਨਤੀ ਹੈ ਅਤੇ ਹੁਣ ਇਸ ਟੀਮ ਦੇ ਵਿੱਚ ਤੂੰ ਵੀ ਹੈ ਹਾਂਜੀ ਚੱਲ ਠੀਕ ਆ ਕਰੋ ਤੁਸੀਂ ਕੰਮ ਕਰ ਹਾਂਜੀ ਸਰ ਤਾਂ ਬਹੁਤ ਭਰੋਸਾ ਕਰਦੇ ਆ ਵਧੀਆ ਰੱਬ ਕਰਕੇ ਉਹਨਾਂ ਦਾ ਕੰਮ ਵਧੇ ਮੈਂ ਅੱਜ ਦੀ ਵੀ ਰਿਪੋਰਟ ਪਾ ਹੀ ਦੇਵਾਂ ਫਿਰ ਐਕਸ਼ਨ ਵੈਸੇ ਰਾਣੋ ਇੱਕ ਸੱਚੀ ਗੱਲ ਦੱਸਾਂ ਤੈਨੂੰ ਹਾਂਜੀ ਸਰ ਮੈਂ ਤਾਂ ਮੰਨ ਗਿਆ ਤੇਰੀ ਇਮਾਨਦਾਰੀ ਜੇ ਅੱਜ ਤੂੰ ਨਾ ਮੇਰੇ ਨਾਲ ਹੁੰਦੀ ਨਾ ਤਾਂ ਦੂਜੀ ਫੈਕਟਰੀ ਮੈਂ ਕਦੇ ਵੀ ਨਹੀਂ ਸੀ ਖੋਲ੍ਹ ਸਕਦਾ ਸਰ ਇਹ ਤਾਂ ਤੁਹਾਡਾ ਬੜੱਪਣ ਹੈ ਕਿ ਤੁਸੀਂ ਮੈਨੂੰ ਵਿਸ਼ਵਾਸ ਲਾਇਕ ਸਮਝਿਆ ਇਹ ਤਾਂ ਫਿਰ ਮੇਰਾ ਫਰਜ਼ ਹੈ ਕਿ ਮੈਂ ਤੁਹਾਡਾ ਭਰੋਸਾ ਵੀ ਰੱਖਾਂ ਚਲੋ ਮੈਨੂੰ ਤਾਂ ਵਿਸ਼ਵਾਸ ਕਰਨਾ ਹੀ ਪੈਣਾ ਸੀ ਕਿਉਂਕਿ ਮੈਨੂੰ ਕਿਸੇ ਕੰਮ ਦੀ ਲੋੜ ਸੀ ਅਤੇ ਵੱਡੀ ਗੱਲ ਤਾਂ ਤੇਰੀ ਹੈ ਕਿ ਜੇ ਤੂੰ ਇੰਨੀ ਇਮਾਨਦਾਰੀ ਨਾਲ ਇੱਥੇ ਕੰਮ ਨਾ ਸਾਂਭਦੀ ਇੰਨੀ ਜਲਦੀ ਤੂੰ ਆ ਕੰਮ ਕਰਨ ਆ ਸਕਦੀ ਤਾਂ ਤੈਨੂੰ ਪਤਾ ਉਹ ਜਿਹੜੀ ਦੂਜੀ ਫੈਕਟਰੀ ਉਹ ਆਪਾਂ ਕਦੇ ਵੀ ਨਹੀਂ ਸੀ ਖਰੀਦ ਸਕਦੇ ਅਤੇ ਹੋਰ ਤਾਂ ਹੋਰ ਉੱਥੇ ਹੋਰ ਬੜੇ ਗਾਹਕ ਫਿਰਦੇ ਸੀ ਅਤੇ ਜੇ ਮੈਂ ਇਕੱਲਾ ਹੁੰਦਾ ਮੈਂ ਖੁਦ ਹੀ ਸੋਚ ਲੈਣਾ ਸੀ ਵੀ ਯਾਰ ਕੀ ਕਰਾਉਣਾ ਇੰਨੇ ਕੰਮ ਤੋਂ ਇੱਧਰਲਾ ਹੀ ਨਹੀਂ ਸਮਝਦਾ ਸਰ ਮੈਂ ਸੋਚਦੀ ਸੀ ਕਿ ਪਿੰਡ ਆ ਗਿਆ ਮੈਂ ਇੱਥੋਂ ਨਾ ਤੁਰ ਕੇ ਚੱਲ ਜਾਂਗੀ ਮੈਂ ਕਹਿਣਾ ਮੈਂ ਘਰ ਤੱਕ ਛੱਡਿਆ ਹੁਣ ਰਵੀ ਆ ਕੌਣ ਹੈ ਨਾਲ ਰੋਜ਼ੀ ਨਾਲ ਹੈ ਚਲੋ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ ਸਰ ਕੱਲ੍ਹ ਮਿਲਦੇ ਹਾਂ ਓਕੇ ਧਿਆਨ ਨਾਲ ਜਾਇਓ ਅਤੇ ਜਾ ਕੇ ਕਾਲ ਕਰ ਦਿਓ ਹਾਂਜੀ ਸਰ ਯਾਰ ਰਾਣੋ ਜਦ ਤੂੰ ਜਾਣਦਾ ਨਾ ਲੈਂਦੀ ਆ ਨਾ ਮੇਰੇ ਤਾਂ ਦਿਲ 'ਚੋਂ ਕੱਢ ਕੇ ਲੈ ਜਾਂਦੀ ਆ ਕੁਛ ਜੀ ਨਹੀਂ ਲੱਗਦਾ ਹੁੰਦਾ ਤੇਰੇ ਹੁਣ ਹੁਣ ਨਹੀਂ ਵਾਲਾ ਟਾਈਮ ਬੈਣ ਦਿੰਦਾ ਮੈਂ ਆਪਦੇ ਦਿਲ ਦੀ ਗੱਲ ਤਾਂ ਕਹਿ ਹੀ ਦਊਂਗਾ ਤੈਨੂੰ ਰਵੀ ਉਹ ਬਣੀ ਉਹ ਤੂੰ ਇੱਥੇ ਕਿੱਦਾਂ ਉਹ ਬਸ ਬਾਈ ਮੈਂ ਤੈਨੂੰ ਦੇਖਿਆ ਮੈਂ ਸੋਚਿਆ ਚੱਲ ਗੱਲ ਹੀ ਕਰ ਲਈਏ ਭਰਾ ਨਾਲ ਵਧੀਆ ਕੀਤਾ ਯਾਰ ਤਾਂ ਮੇਰਾ ਤਾਂ ਧਿਆਨ ਹੀ ਨਹੀਂ ਸੀ ਪਿਆ ਹੋਰ ਦੱਸ ਕਿੱਦਾਂ ਕਿੱਦਾਂ ਫਿਰਦਾ ਸੀ ਕੁਛ ਨਹੀਂ ਯਾਰ ਉਹ ਮੇਰੀ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਕੁੜੀ ਅਤੇ ਉਹਨੂੰ ਛੱਡਣ ਆਇਆ ਸੀ ਫੈਕਟਰੀ 'ਚ ਕੰਮ ਕਰਦੀ ਹੈ ਹਾਂ ਤੂੰ ਜਾਣਦਾ ਇਹਨੂੰ ਹਾਂ ਬਾਈ ਜਾਣਦਾ ਤਾਂ ਹਾਂ ਕੀ ਨਾਂ ਦੱਸਿਆ ਤੈਨੂੰ ਇਹਨੇ ਆਪਦਾ ਰਾਣੋ ਹੈ ਇਹਦਾ ਨਾ ਰੋਜ਼ੀ ਹੈ ਇਹ ਕੀ ਕਹਿ ਰਿਹਾ ਤੂੰ ਚੰਗੀ ਤਰ੍ਹਾਂ ਜਾਣਦਾ ਇਹਨੂੰ ਧੰਦੇ ਦਾ ਕੰਮ ਕਰਦੀ ਸੀ ਬੇਵਕੂ ਬਣਾ ਰਹੀ ਹੈ ਤੈਨੂੰ ਅਤੇ ਤੂੰ ਨੌਕਰੀ ਦੇਤੀ ਸਾਲਿਆ ਇਹੋ ਜਿਹੀ ਕੁੜੀ ਨੂੰ ਤਾਂ ਲੋਕ ਰਾਤ ਨੂੰ ਮਿਲਣ ਨੂੰ ਕਤਰਾਉਂਦੇ ਨੇ ਅਤੇ ਤੂੰ ਦਿਨ ਦਿਹਾੜੇ ਗੱਡੀ 'ਚ ਬਿਠਾਈ ਫਿਰਦਾ ਪੈਰ ਦੀ ਜੁੱਤੀ ਬਰਾਬਰ ਨਹੀਂ ਤੇਰੇ ਅਕਲ ਨੂੰ ਹੱਥ ਮਾਰ ਮਾੜਾ ਮੋਟਾ ਚੰਗੀ ਤਰ੍ਹਾਂ ਜਾਣਦਾ ਇਹਨੂੰ ਜੇ ਬਾਹਲੀ ਹਿਸਟਰੀ ਪੁੱਛਣੀ ਹੈ ਨਾ ਤਾਂ ਪੁੱਛ ਲਈ ਚੱਲ ਬਸ ਬਾਈ ਯਾਰ ਸਮਝ ਗਿਆ ਤੇਰੀ ਗੱਲ ਹੋਰ ਦੱਸ ਕੋਈ ਸੇਵਾ ਬਸ ਧਿਆਨ ਰੱਖ ਆਪਦਾ ਬਚ ਕੇ ਰਿਹਾ ਕਰ ਇਹ ਤੋਂ ਰੋਜੀ ਕੀ ਰਾਣੋ ਯਾਰ ਮੈਂ ਤੈਨੂੰ ਕੀ ਸਮਝਦਾ ਅਤੇ ਤੂੰ ਕੀ ਨਿਕਲੀ ਮੈਂ ਤੇਰੇ ਬਾਰੇ ਕੀ ਸੁਪਨੇ ਸਜਾ ਰੱਖਿਆ ਅਤੇ ਤੂੰ ਇੱਕ ਵਾਰ ਨਹੀਂ ਸੱਚ ਦੱਸਿਆ ਕੋਈ ਨਾ ਆਉਣ ਦੇ ਕਰਦਾ ਕੱਲ੍ਹ ਗੱਲ ਇਹਨੂੰ ਸਤਿ ਸ਼੍ਰੀ ਅਕਾਲ ਸਰ
ਲੱਗਦਾ ਨਵੇਂ ਆਫਿਸ 'ਚ ਤੁਹਾਡਾ ਜ਼ਿਆਦਾ ਹੀ ਦਿਲ ਲੱਗ ਗਿਆ। ਤੁਸੀਂ ਦੂਜੇ ਆਫਿਸ 'ਚ ਆਏ ਨਹੀਂ, ਤੁਹਾਡੇ ਤੋਂ ਸਾਈਨ ਕਰਵਾਉਣੇ ਸੀਗੇ, ਰਿਪੋਰਟ ਹੀ ਨਹੀਂ ਲਈ ਅੱਜ ਤੁਸੀਂ ਸਵੇਰੇ। ਕੀ ਹੋਇਆ ਸਰ? ਮੈਨੂੰ ਨਹੀਂ ਹੋਇਆ ਕੁਛ, ਪਰ ਤੂੰ ਦੱਸ ਤੈਨੂੰ ਕੀ ਹੋਇਆ? ਪਰ ਤੂੰ ਕਿਉਂ ਦੱਸਣਾ? ਤੂੰ ਤਾਂ ਆਪਦਾ ਨਾਂ ਵੀ ਸਹੀ ਨਹੀਂ ਦੱਸਿਆ ਮੈਨੂੰ। ਰਾਣੋ ਕਿ ਰੋਜੀ? ਸਰ ਤੁਹਾਨੂੰ ਦੱਸਣਾ ਹੀ ਸੀ। ਪਰ ਕੀ ਦੱਸਣਾ ਸੀ? ਤੁਸੀਂ ਗਲਤ ਸਮਝ ਰਹੇ ਹੋ ਸਰ। ਰੋਜੀ, ਤੈਨੂੰ ਇਸ ਆਫਿਸ 'ਚ ਕੰਮ ਕਰਦੀ ਨੂੰ 6 ਮਹੀਨੇ ਹੋ ਗਏ ਹੈ। ਇੰਨਾ ਲੰਬਾ ਸਮਾਂ ਥੋੜ੍ਹਾ ਨਹੀਂ ਹੁੰਦਾ ਕਿਸੇ ਨੂੰ ਆਪਦਾ ਸੱਚ ਦੱਸਣ ਦੇ ਲਈ। ਅਤੇ ਮੈਂ ਤੈਨੂੰ ਕੀ ਸਮਝਦਾ ਸੀ? ਉਹਦਾ ਭਲਾ ਹੋਵੇ ਮੇਰੇ ਦੋਸਤ ਬਣੀ ਦਾ ਜਿਹੜਾ ਮੈਨੂੰ ਮਿਲ ਗਿਆ ਅਤੇ ਉਹਨੇ ਸਭ ਸੱਚ ਦੱਸਿਆ ਤੇਰੇ ਬਾਰੇ। ਨਹੀਂ, ਮੈਂ ਤਾਂ ਕਿਸੇ ਹੋਰ ਹੀ ਭਲੇਖੇ 'ਚ ਤੁਰਿਆ ਫਿਰਦਾ ਸੀ। ਗਲਤ ਸਮਝ ਰਹੇ ਹੋ ਸਰ, ਮੇਰੀ ਵੀ ਤਾਂ ਇੱਕ ਵਾਰ ਗਲਤ ਨਹੀਂ, ਬਸ ਮਾਫ਼ ਕਰ ਦਿਓ ਹੁਣ ਮੈਨੂੰ। ਨਹੀਂ ਸਰ, ਪਲੀਜ਼ ਪਲੀਜ਼ ਦੱਬਾ ਜਾਏ ਸਭ ਵਿੱਚੋਂ। ਮੈਂ ਕਹਿ ਰਿਹਾ ਨਾ ਰੋਜੀ, ਨਿਕਲ ਜਾ ਇੱਥੋਂ, ਕੋਈ ਜਗ੍ਹਾ ਨਹੀਂ ਤੇਰੀ ਇੱਥੇ। ਥੱਬਾ ਫੈਲਾਂ ਦਾ ਫਰੋਲਤਾ, ਪਰ ਉਹ ਫੈਲ ਹੀ ਨਹੀਂ ਮਿਲ ਰਹੀ, ਕਿੱਥੇ ਲੱਭਾਂ ਯਾਰ? ਰਾਣੋ ਉਹ ਫੈਲ ਲੈ ਕੇ ਆ। ਯਾਰ ਰਾਣੋ ਸਾਰਾ ਕੰਮ ਸਾਂਭੀ ਬੈਠੀ ਸੀ, ਬਣੀ ਨੇ, ਪਰ ਬਣੀ ਉਹਦੇ ਬਾਰੇ ਇੰਨਾ ਕੁਛ ਕਿਵੇਂ ਜਾਣਦਾ ਫਿਰ? ਅਤੇ ਦੂਜੀ ਗੱਲ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਜੇ ਰਾਣੋ ਐਡੀ ਉਹ ਮਾੜੀ ਸੀ ਤਾਂ ਉਹ ਆਪਦਾ ਘਰ ਦਾ ਗੁਜ਼ਾਰਾ ਤਾਂ ਇਸ ਧੰਦੇ ਦੇ ਪੈਸਿਆਂ ਨਾਲ ਵੀ ਚਲਾਈ ਸਕਦੀ ਸੀ, ਉਹਨੂੰ ਆ ਜੋਬ ਦੀ ਕੀ ਲੋੜ ਪਈ? ਕਿਉਂ ਉਹ ਘਰ 'ਚ ਆ ਕੇ ਪੋਚੇ ਲਾਉਂਦੇ ਰਹੇ? ਕਿਉਂ ਉਹਨੇ ਫੈਕਟਰੀ ਦੇ ਕੰਮ 'ਚ ਇੰਨਾ ਇੰਟਰਸਟ ਦਿਖਾਇਆ ਅਤੇ ਇੰਨੀ ਇਮਾਨਦਾਰੀ ਨਾਲ ਕੰਮ ਕੀਤਾ? ਮੈਨੂੰ ਲੱਗਦਾ ਬਣੀ ਝੂਠ ਬੋਲ ਰਿਹਾ, ਅਤੇ ਜਾਂਦੀ ਹੋਈ ਵੀ ਉਹ ਤਾਂ ਰੋ ਰੋ ਕੇ ਗਈ ਹੈ ਮੇਰੇ ਕੋਲ ਵੀ ਮੈਨੂੰ ਜੋਬ ਤੋਂ ਨਾ ਕੱਢੋ। ਮੈਨੂੰ ਲੱਗਦਾ ਮੈਂ ਗਲਤ ਡਿਸੀਜਨ ਲੈ ਬੈਠਾ, ਮੈਂ ਗਲਤ ਬੰਦੇ ਦੇ ਕਹਿਣ 'ਤੇ ਇੱਕ ਸੱਚੇ ਬੰਦੇ ਦੇ ਨਾਲ ਨਾ ਇਨਸਾਫੀ ਕਰਤੀ। ਅਤੇ ਵੈਸੇ ਵੀ ਉਹਦੇ ਬਿਨਾਂ ਤਾਂ ਮੇਰਾ ਕੰਮ ਕਾਰ ਚੱਲ ਹੀ ਨਹੀਂ ਰਿਹਾ, ਇਹ ਤਾਂ ਘੱਟ ਹੀ ਰਿਹਾ ਦਿੰਦਾ। ਚਾਹੁੰਦਾ ਮੈਂ ਉਹਦੇ ਨਾਲ ਜਾ ਕੇ ਗੱਲ ਕਰਾਂ, ਪਰ ਮੈਂ ਤਾਂ ਉਹਨੂੰ ਬੋਲਿਆ ਹੀ ਇੰਨਾ ਜ਼ਿਆਦਾ ਗਲਤ ਆ ਵੀ ਉਹ ਕਿਸੇ ਕੀਮਤ 'ਤੇ ਇੱਥੇ ਆਉਣ ਦਾ ਨਾ ਹੀ ਨਹੀਂ ਲਊਗੀ। ਕੀ ਕਰਾਂ ਮੈਂ? ਪਰ ਨਹੀਂ, ਜੇ ਗਲਤੀ ਕਰੀ ਹੈ ਨਾ ਤਾਂ ਸੁਧਾਰਨੀ ਮੈਨੂੰ ਆਪ ਹੀ ਪੈਣੀ ਹੈ, ਨਹੀਂ ਤਾਂ ਜਿੰਨਾ ਉਹਨੂੰ ਬੁਰਾ ਬੋਲਿਆ ਇਹ ਜਨਮਾਂ ਦਾ ਪਾਪ ਕਿੱਥੇ ਦਊਂਗਾ ਮੈਂ? ਅਤੇ ਉਹਨੂੰ ਜੋਬ ਦੀ ਵੀ ਲੋੜ ਆ ਅਤੇ ਮੈਨੂੰ ਵੀ ਉਹਦੀ ਲੋੜ ਹੈ, ਹੁਣ ਮਨਾਉਣਾ ਚਾਹੀਦਾ ਜਾ ਕੇ। ਰਵੀ ਸਰ ਨੇ ਵੀ ਜੋਬ ਤੋਂ ਕੱਢਤਾ, ਹੁਣ ਮੈਨੂੰ ਕੌਣ ਨੌਕਰੀ ਦਊਗਾ, ਕਿਵੇਂ ਗੁਜ਼ਾਰਾ ਕਰੂੰਗੀ? ਕੰਮ ਤਾਂ ਕਰਨਾ ਹੀ ਪੈਣਾ, ਸਮਝ ਨਹੀਂ ਆ ਰਹੀ। ਸਰ ਤੁਸੀਂ? ਸਤਿ ਸ਼੍ਰੀ ਅਕਾਲ ਸਰ। ਸਰ ਤੁਸੀਂ ਇੱਥੇ ਕਿਵੇਂ? ਤੁਹਾਡੇ ਲਈ ਚਾਹ ਠੰਡਾ ਕਾਫੀ ਲੈ ਕੇ ਆਉਂਦੀ ਹਾਂ, ਦੱਸੋ ਕੀ ਪੀਓਗੇ? ਕਿਸੇ ਚੀਜ਼ ਦੀ ਲੋੜ ਨਹੀਂ। ਨਹੀਂ ਸਰ, ਤੁਸੀਂ ਪਹਿਲੀ ਵਾਰ ਮੇਰੇ ਘਰ ਆਏ, ਦੱਸੋ ਤਾਂ ਸਹੀ ਕੁਛ। ਠੀਕ ਹੈ, ਤੁਹਾਡੇ ਪਾਪਾ ਕਿੱਥੇ? ਉਹ ਡੈਡੀ ਨੂਰ ਨੂੰ ਲੈ ਕੇ ਨਾ ਬਾਹਰ ਗਏ ਸੀ ਪਾਰਕ 'ਚ, ਉਹ ਬਹੁਤ ਰੋ ਰਹੀ ਸੀ, ਇਹਨਾਂ ਤੋਂ ਹੀ ਚੁੱਪ ਆਉਂਦੀ ਹੈ, ਮੇਰੇ ਤੋਂ ਤਾਂ ਚੁੱਪ ਵੀ ਨਹੀਂ ਕਰਦੀ ਉਹ। ਚਲ ਬੈਠੋ ਤੁਸੀਂ, ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ। ਹਾਂਜੀ ਸਰ, ਦੱਸੋ। ਯਾਰ ਮੈਨੂੰ ਤਾਂ ਨਾ ਉਮੀਦ ਵੀ ਨਹੀਂ ਸੀ ਰਾਣੋ ਕਿ ਤੂੰ ਇੰਨਾ ਵਧੀਆ ਬੁਲਾਏਂਗੀ ਮੈਨੂੰ ਆਏ ਨੂੰ, ਜਿੰਨੀ ਬਦਤਮੀਜ਼ੀ ਨਾਲ ਮੈਂ ਬੋਲਿਆ ਸੀ ਉਸ ਹਿਸਾਬ ਨਾਲ ਤਾਂ। ਖੈਰ ਛੱਡ, ਮੈਂ ਇੱਕ ਗੱਲ ਜਾਣਨੀ ਚਾਹੁੰਦਾ ਜੋ ਮੈਂ ਕੱਲ੍ਹ ਤੋਂ ਸੋਚ ਰਿਹਾ। ਯਾਰ ਬਣੀ ਤੇਰੇ ਨਾਲ ਇੰਨਾ ਵੈਰ ਕਿਉਂ ਰੱਖਦਾ? ਉਹਨੇ ਇੰਨਾ ਜ਼ਿਆਦਾ ਗੰਦ ਤੇਰੇ ਲਈ ਕਿਉਂ ਬੋਲਿਆ? ਚੱਲ ਇੱਕ ਮਿੰਟ ਲਈ ਜੇ ਤੂੰ ਗਲਤ ਹੈ ਵੀ ਹੈ ਤਾਂ ਵੀ ਉਹਨੂੰ ਕੀ ਲੋੜ ਸੀ ਇੰਨਾ ਕੁਛ ਬੋਲਣ ਦੀ? ਸਰ ਤੁਸੀਂ ਸੁਣਿਆ ਹੀ ਹੋਊਗਾ, ਜਦੋਂ ਕੋਈ ਚੀਜ਼ ਸਾਨੂੰ ਮਿਲਦੀ ਨਹੀਂ ਨਾ ਅਸੀਂ ਉਹਦੀ ਬੁਰਾਈਆਂ ਕਰਨ ਲੱਗ ਜਾਂਦੇ ਹਾਂ, ਬਸ ਇੱਥੇ ਵੀ ਕੁਛ ਇੱਦਾਂ ਹੀ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਇਆ ਸੀ। ਰੋਜ਼ੀ, ਕੀ ਗੱਲ? ਕੰਮ ਨਹੀਂ ਮਿਲ ਰਿਹਾ? ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਮੈਂ ਰਾਣੋ ਹਾਂ, ਹੁਣ ਮੈਂ ਉਹ ਰੋਜ਼ੀ ਨਹੀਂ ਰਹੀ। ਨਾ ਬਦਲ ਕੇ ਕੋਈ ਕਰੈਕਟਰ ਥੋੜ੍ਹੀ ਬਦਲਿਆ ਜਾਂਦਾ, ਨਾਲੇ ਤੈਨੂੰ ਕੰਮ ਦੀ ਕਾਹਦੀ ਘਾਟ ਆ,
ये दस चाहिदा की है। मेरा हाथ छड्डो, हाथ छड्डो मेरा, मैं वो काम कदे नहीं करना। जिस दलदल तो मैं निकल चुकी हूँ, मैं हूँ उसे दोबारा कदे नहीं जाना हैगा। कदे अब देर रातों भी मुड़ाया जाता हमने, देख मुड़ाया वापस। आ ड्रामे ये ना चंगी गल नहीं, तू चाहे थोड़े काम दबा देना। अपनी ना हैसियत चर है, मैनू जान के तंग ना कर। बस फिर उस दिन तो बाद तो मेरा पक्का ही वैरी बन गया। मैं तब उन्हें कुछ समझा भी नहीं सकती। तैनू उन्हें समझाने की लोड़ नहीं रानू, किनू किनू समझाती फिरेंगी तू? सच्चे बंदे इत्थे लोग वैरी बनते ही है, पर तू परवाह ना कर। जिहड़ा आप सच्चा होंदा ना वह तो रब हमेती बनता। तो तैनू गलत बोलने तो बाद मैं आप भी पूरी रात सौ नहीं सकया। मैं यही याद आती रही तेरी, तो नाले उस ऑफिस में ना तेरी बहुत लोड़ है, तेरे बिना यार हुण नहीं सरदा हैगा। हाँ जी सर, काम की तो लोड़ मैनू भी बहुत है। नूर भी हुण वड्डी होई जा रही है, अगले साल नूं स्कूल च भी पाना है। तू फिक्र ना कर नूर की, कादे वास्ते फिक्र करी जानी है। स्कूल की उन्हूं कालजां दी भी फीस देनी हुई ना, तू जिथे मर्जी ला दी यार, थोड़ी कमाई थोड़ी है उत्थे। बाकी जे मैं दूजा वो ऑफिस खरीदना, दूजी फैक्ट्री लाई है, वह भी तेरी बदौलती है। मैं इतों तो हूँ एक का काम भी नहीं समझता है। तो मैं तुम्हें यही कहना आया सी, मैं माफ कर दे, मैं तैनू जो भी माड़ा चंगा। नहीं सर, ऐदा ना करो, तुसी बहुत वड्डे इंसान हो, तुसी भी तो उहदी गल्ला चा के मैनू चंगा माड़ा बोलिया, तुसी कुछ ना सोचो। कोई वड्डा इंसान नहीं मैं, तेरे सामने तो मैं बहुत छोटा। नहीं सर, तू इन्नी गलती करन तो बावजूद भी मैनू माफ कर रही है। नहीं सर, कोई गलत नहीं है, बस तुसी मैनू नौकरी दे दो, मैं मेहनत करके काम करना चाहती हाँ। नौकरी नहीं, वो तेरा हक ही है। चल तू ऐदा करी, हुण ऑफिस आ जा जल्दी जल्दी, कल तू आके सारा काम सांभ लै। हाँ जी सर, जरूर, तुहाडा बहुत बहुत शुक्रिया मैनू इन्ना समझण लई। ठीक, शुक्र। यार बहुत टाइम लंघ गया सोचते सोचते, इतों बाद तो होर भी देर होगी। चाहना मैं आपके दिल की गल कही देव, तो नाले जो गल कहनी है वो च देर क्यों, तो नाले मैं कड़ा कुछ गलत कह रहा। वैसे भी मूँ भी तो सहारे की लौड़ है, तो मैनू भी तो साढ़े सर थोड़ी फायर। मैं तुम्हें ना एक स्पैशल थैंक यू बोलना चाहती हाँ, जो तुम मेरे तक यकीन करके मैंने दोबारा नौकरी देती, थोड़ा बहुत बहुत थैंक यू सर। सैड से रख रहा फैलन में, तो नाले आ गल की लड़ नहीं है। ये नौकरी तो वैसे भी तेरा हक ही सी, क्योंकि मेरे नालों भी ज़्यादा ऑफिस में तू संभालती है। तो मैं तेन एक गल होर कहनी चाहता से। हाँ जी सर। ये ना काफ़ी दिनों तो मेरे दिल के उत्ते बोझ ही है। मैं चाहता सी भी ऑफिस तो तू संभाल ही रही है, क्यों ना मेरा घर भी संभाल। घर किवें? मतलब ये बड़िया गोल गोल गल नहीं करता मैं। जदों तो मेरी वाइफ सीरत की डैथ हुई है, उसके बाद बड़े रिश्ते आए, बड़े प्रपोजल मैं ठकराए, क्योंकि मैं कोई चंगे नहीं लगे। तो जदों मैं तुसी देखे तो पहली बारी मैं तुसी चंगे लगे, पर मैं फिर भी उस गल्ल नूं टालदा रहा भी शायद ये कि मेरा अपना लालच है। पर जदों मैं थोनों काम करदिआं नूं देखिआ, मेरे प्रति, मेरे घर प्रति, मेरे जवाक प्रति थोड़ा मोह देखिआ, तो मैं यार लगन लग्या कि मेरा तो ठीक है, पर मेरे पुत कबीर नूं थोड़े तो बेस्ट मां कितें भी नहीं मिली हैगी। सर तुसीं मैनूं इस लायक समझिआ, ये तो तुहाडा बड़प्पन है, पर मैं तुहानूं किद्दां समझावां? तुसीं बहुत चंगे इंसान हो, तुहाडा दिल दरिया वर्गा है, पर जो तुसी कह रहे हो ना वो नहीं मैं कर सकती। प्लीज़ मेरी गल नूं समझण की कोशिश करो, मैं भी किसी नूं वादा किया है। हैलो पानी पियो। की गल एने थके थके जे लगी जा रहे हो? वो बस यार कम कार दे सिलसिले च इन्नी दूर चला गया ना भी थकावट हुई पी, हुण दिल करदा भी कदों मंजा मिल जाए तो कदों सौ जा। तां ही तुहानूं कहनी आ करे टाइम नाल आ जाया करो, हुण तुसी कल्ले नहीं हो, एक बेटी दे बाप हो, जिम्मेवारियां वध गईआं ने। की गल राणो, जिम्मेवारी मेरी कल्ले दी है, तेरी नाल
ਨਾਲੇ ਹੁਣ ਤੇਰੇ ਹੁੰਦੇ ਆ, ਮੈਨੂੰ ਘਰ ਦੀ ਫਿਕਰ ਕਰਨ ਦੀ ਕੀ ਲੋੜ ਹੈ? ਮੇਰਾ ਤਾਂ ਧਿਆਨ ਬਸ ਹੁਣ ਕੰਮ ਤੇ ਹੁੰਦਾ। ਇੰਨਾ ਭਰੋਸਾ? ਕਿਉਂ ਭਰੋਸੇ ਦੇ ਲਾਇਕ ਨਹੀਂ ਤੂੰ? ਰਾਣੋ ਮੇਰੀ ਗੱਲ ਸੁਣ, ਆ ਤੇਰੀਆਂ ਇਹੋ ਜਿਹੀਆਂ ਗੱਲਾਂ ਨਾ ਮੈਨੂੰ ਸੋਚਣ ਲਈ ਮਜਬੂਰ ਕਰ ਦਿੰਦੀ। ਮੈਂ ਤੈਨੂੰ ਇੱਕ ਗੱਲ ਕਹਾਂ, ਭੁੱਲ ਕੇ ਵੀ ਕਦੇ ਆਪਦਾ ਬੁਰਾ ਵਕਤ ਨਾ ਸੋਚੀ। ਹੁਣ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਖੁਸ਼ੀਆਂ ਨੇ, ਸਮਝ ਗਈ ਨਾ ਮੇਰੀ ਗੱਲ? ਹਾਂਜੀ। ਤੂੰ ਰਾਣੋ ਹੈ, ਕਦੇ ਰੋਜ਼ੀ ਵਾਲਾ ਖਿਆਲ ਨਾ ਲਿਆਈ ਮਨ 'ਚ। ਕਦੇ ਵੀ ਨਹੀਂ, ਮੈਂ ਤਾਂ ਆਪ ਸੋਚਦੀ ਹੁੰਦੀ ਹਾਂ ਕਿਤੇ ਮੇਰੀ ਖੁਸ਼ੀਆਂ ਨੂੰ ਕਿਤੇ ਮੇਰੀ ਨਜ਼ਰ ਨਾ ਲੱਗ ਜੇ। ਮੇਰਾ ਪਰਿਵਾਰ ਬਣ ਗਿਆ, ਮੇਰੀ ਬੇਟੀ, ਤੁਸੀਂ ਸਾਰੇ, ਆਪਾਂ ਕਿੰਨੇ ਖੁਸ਼ ਹਾਂ। ਬਸ ਤੁਸੀਂ ਬਸ ਹੁਣ ਟਾਈਮ ਨਾਲ ਘਰ ਆ ਜਾ ਕਰੋ। ਮੈਂ ਟਾਈਮ ਨਾਲ ਘਰ ਆਊਂਗਾ, ਪਰ ਇੱਕ ਗੱਲ ਦਾ ਵਾਅਦਾ ਕਰ, ਜੋ ਥਾਂ ਜ਼ਿੰਦਗੀ ਦੇ ਵਿੱਚ ਹੁਣ ਮੇਰੀ ਹੈ ਕਿਸੇ ਨੂੰ ਹੋਰ ਤਾਂ ਨਹੀਂ ਦੇਵਾਂਗੀ। ਆਹ ਕੀ ਕਹਿ ਰਹੇ ਹੋ ਵਿੱਕੀ, ਤੁਸੀਂ ਇੱਦਾਂ ਸੋਚ ਵੀ ਕਿਵੇਂ ਲਿਆ? ਤੁਹਾਡੀ ਜਗ੍ਹਾ ਕਦੇ ਕੋਈ ਨਹੀਂ ਲੈ ਸਕਦਾ। ਤੁਸੀਂ ਜੋ ਮੇਰੀ ਜ਼ਿੰਦਗੀ ਨੂੰ ਮੋੜ ਦਿੱਤਾ ਹੈ ਨਾ, ਕਦੇ ਕੋਈ ਨਹੀਂ ਦੇ ਸਕਦਾ ਸੀ। ਫਿਰ ਮੈਂ ਤੁਹਾਡੀ ਜਗ੍ਹਾ ਕਿਵੇਂ ਕਿਸੇ ਨੂੰ ਦੇ ਸਕਦੀ ਹਾਂ? ਤੁਸੀਂ ਇਹ ਖਿਆਲ ਕਦੇ ਨਾ ਲੈ ਕੇ ਆਇਓ। ਮੈਂ ਜਦ ਤੱਕ ਜ਼ਿੰਦਾ ਹੈ ਨਾ, ਮੈਂ ਤੁਹਾਡੀ ਬਣ ਕੇ ਰਹਾਂਗੀ, ਔਰ ਮਰਾਂਗੀ ਵੀ ਤਾਂ ਤੁਹਾਡੀ ਬਣ ਕੇ ਹੀ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਰਾਣੋ। ਚੱਲ ਖੁਸ਼ ਰਹਿ। ਯਾਰ ਮੈਂ ਗੱਲ ਕਹਾਂ, ਕਿੰਨੀ ਚੰਗੀ ਕੁੜੀ ਆ ਤੂੰ, ਅਤੇ ਕਿੰਨਾ ਲੱਕੀ ਇਨਸਾਨ ਸੀ ਉਹ ਜਿਹਨੂੰ ਤੂੰ ਮਿਲੀ। ਤੂੰ ਅੱਜ ਉਹਦੇ ਨਾ ਹੋਣ ਦੇ ਬਾਵਜੂਦ ਵੀ ਉਹਦੇ ਨਾਲ ਵਫਾ ਕਮਾ ਰਹੀ ਹੈ। ਸੱਚੀ ਤੂੰ ਇੱਕ ਵਾਰੀ ਫਿਰ ਮੇਰਾ ਦਿਲ ਜਿੱਤ ਲਿਆ। ਚੱਲ ਛੱਡ, ਵਾਈਫ ਨਾ ਸਹੀ, ਇੱਕ ਚੰਗੀ ਦੋਸਤ ਤਾਂ ਤੂੰ ਮੇਰੀ ਹੈਗੀ ਹੋਈ ਹੈ। ਹਾਂਜੀ ਸਰ, ਹਮੇਸ਼ਾ ਤੁਸੀਂ ਮੈਨੂੰ ਇਸ ਲਾਇਕ ਸਮਝਿਆ, ਇਹ ਮੇਰੀ ਖੁਸ਼ਕਿਸਮਤ ਹੈ। ਚੱਲ ਠੀਕ ਹੈ, ਚਲੋ ਬੈਠੋ ਆਪਣੀ ਕੁਰਸੀ 'ਤੇ ਜਿੱਥੇ ਹੱਕ ਹੈ ਤੁਹਾਡਾ। ਚੱਲਿਆ ਮੈਂ।